ਸਤ ਸੰਗਤ ਦੀ ਧੂੜ ਜਦੋਂ ਮੇਰੇ ਮੱਥੇ ਲੱਗੀ ਤੇ ਮੇਰਾ ਇਸ਼ਨਾਨ ਹੋ ਗਿਆ। 68 ਤੀਰਥਾਂ ਦਾ ਵੱਖ ਵੱਖ ਥਾਵਾਂ ਤੇ ਇਸ਼ਨਾਨ ਕਰਨ ਜਾਣ ਦੀ ਬਜਾਏ ਸਾਧ ਸੰਗਤ ਦੀ ਧੂੜੀ ਸਤ ਸੰਗਤ ਦੀ ਧੂੜੀ ਮੱਥੇ ਤੇ ਲੱਗੀ ਇਸ਼ਨਾਨ ਹੋ ਗਿਆ। ਕਿਉਂਕਿ ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ ਜਿਹੜੇ ਨੰਗ ਗਏ। ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ। ਕੱਲ ਮੈਂ ਕੀਰਤ ਹਰਨਾਮਾ ਚਾਰ ਯੁਗ ਹੈ ਨਾ ਜਿਹੜੇ ਤਿੰਨ ਬੀਤ ਗਏ ਉਹਨਾਂ ਯੁਗਾਂ ਦਾ ਧਰਮ ਹੈ। ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ। ਕੱਲ ਮੈਂ ਕੀਰਤ ਹਰਨਾਮਾ ਕਲਯੁਗ ਦੇ ਵਿੱਚ ਤੁਸੀਂ ਹਰੀ ਦੇ ਨਾਮ ਨੂੰ ਜਪੋਗੇ ਉਹ ਕੀਰਤੀ ਕਰੋਗੇ ਤੇ ਪਾਰ ਹੋ ਜਾਓਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਅਨਰੁਤ ਨਾਹੀ ਨਾਹੀ। ਇੱਕ ਨਾਮ ਹੀ ਇਸ ਤੀਰਥ ਇਸ ਯੁੱਗ ਦੇ ਵਿੱਚ ਪਾਰ ਹੋਣ ਵਾਸਤੇ ਭਵ ਸਾਗਰ ਦੇ ਵਿੱਚੋਂ ਨਾਮ ਹੀ ਹੈ ਜਿਹੜਾ ਕਿਹਾ ਜਪ ਮਨ ਹਰ 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 ਨਿਸਤਰੇ। ਜੇ ਤੂੰ ਹਰੀ ਹਰੀ ਪਰਮਾਤਮਾ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਨਾਮ ਦਾ ਕੋਈ ਵੀ ਰੱਖ ਲਓ ਵੈਸੇ ਗੁਰੂ ਸਾਹਿਬ ਨੇ ਸਾਨੂੰ ਵਾਹਿਗੁਰੂ ਲਫ਼ਜ਼ ਦਿੱਤਾ ਹੈ। ਜੇ ਅਸੀਂ ਜਪਾਂਗੇ ਬਾਰ ਬਾਰ ਕਰਾਂਗੇ ਰਟਨ ਪਾਰੋ ਜਾਓ। ਕਲਯੁਗ ਦੇ ਵਿੱਚ ਉਸੇ ਨਾਮ ਕੀ ਵਡਿਆਈ ਹੋਰ ਕੋਈ ਨਹੀਂ। ਤੁਸੀਂ ਹੋਰ ਜੋ ਵੀ ਕਰਮ ਕਾਂਡ ਕਰਦੇ ਹੋ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਾਗਾ ਕੀ ਲੁੱਟ ਹੈ। ਉਹ ਬੂਹੇ ਦੇ ਅੱਗੇ ਬੈਠਾ ਹਿਸਾਬ ਕਿਤਾਬ ਕਰਨ ਵਾਲਾ ਜਿੱਦਾਂ ਵੀਜ਼ਾ ਮਿਲਦਾ ਨਾ ਵੀਜ਼ਾ ਉਹ ਚ ਇਮੀਗ੍ਰੇਸ਼ਨ ਵਾਲਾ ਬੈਠਾ ਹੁੰਦਾ ਉਹ ਮੋਹਰ ਲਾਉਂਦਾ ਤੇ ਬੰਦਾ ਪਾਰ ਜਾਂਦਾ ਤੇ ਜਿਹਦੇ ਕਾਗਜ਼ ਪੱਤਰ ਪੂਰੇ ਨਹੀਂ ਉਹਨੂੰ ਕਹਿੰਦਾ ਤੂੰ ਨਹੀਂ ਜਾ ਸਕਦਾ। ਇਹ ਜਿਹੜੇ ਸਾਡੇ ਕਰਮ ਧਰਮ ਉਹ ਜੋ ਅਸੀਂ ਕਰਦੇ ਕਰਮ ਕਾਂਡ ਜਿਹਨੂੰ ਕਹਿੰਦੇ ਉਹ ਸਾਰੇ ਬਾਹਰ ਰਖਵਾ ਲੈਂਦਾ ਕਿਉਂਕਿ ਅੰਦਰ ਤੇ ਇਕੱਲੀ ਸੁਰਤੀ ਜਾਂਦੀ ਪਰਮਾਤਮਾ ਦੇ ਕਰਮ। ਕਰਮ ਧਰਮ ਪਾਖੰਡ ਜੋ ਦਿਸੇ ਦਿਨ ਜਮ ਜਗਾਤੀ ਲੁੱਟ ਹੈ। ਉਹ ਜਿਹੜੇ ਬਾਹਰ ਖਲੋਤੇ ਹੁੰਦੇ ਉਹ ਕਹਿੰਦੇ ਪੜਾਜਾ ਜੋ ਲਿਆਂਦੇ ਫਾਲਤੂ ਕਿਉਂਕਿ ਪੰਡ ਤੇ ਲੰਘਣੀ ਪੰਡ ਅੰਦਰ ਨਹੀਂ ਜਾਣੀ। ਜਿਹੜੇ ਤੂੰ ਕਰਮ ਕਾਂਡ ਕਰਕੇ ਆਇਆ ਨਹੀਂ ਜਾਣਾ ਅਸਲੀ ਚੀਜ਼ ਹੈ ਤੇਰੇ ਕੋਲ। ਉਹ ਕਹਿੰਦੇ ਕੀ ਕਹਿੰਦੇ ਨਾਮ ਹੈ ਨਾਮ ਹੈ ਜੇ ਨਾਮ ਨਹੀਂ ਰੋਕ ਲੈਂਦੇ। ਆਪਾਂ ਸਾਰੇ ਹੀ ਨਾਮ ਜਪਣ ਆਏ ਆ ਮਤਾ ਕੋਈ ਭੁਲੇਖੇ ਚ ਰਹਿ ਜੇ ਉਹਨਾਂ ਚਿਰ 84 ਲੱਖ ਦੇ ਗੇੜੇ ਚੋਂ ਨਹੀਂ ਨਿਕਲਿਆ ਜਾਣਾ ਜਿੰਨਾ ਚਿਰ ਇਸ ਮਨੁੱਖਾ ਦੇਹੀ ਦੇ ਵਿੱਚ ਨਾਮ ਨਾ ਜਪਾਂਗੇ ਤੇ ਰੱਬ ਨਾ ਬਣਾਂਗੇ। ਭਾਈ ਪ੍ਰਾਪਤ ਮਨੁੱਖ ਦੇ ਹਰੀਆ ਕਾਹਦੇ ਵਾਸਤੇ ਸਾਰੇ ਬੋਲੋ ਭਾਈ ਪ੍ਰਾਪਤ ਮਨੁੱਖ ਦੇ ਹਰੀਆ ਕਾਹਦੇ ਵਾਸਤੇ ਆ ਵਾਰੀ ਰੱਬ ਨੂੰ ਮਿਲਣ ਦੀ ਤੇ ਜਿਹੜੇ ਮਿਲ ਗਏ ਉਹ ਕਹਿੰਦੇ ਅਬ ਤੋਂ ਜਾਏ ਚੜ੍ਹੇ ਹੈ ਸਿੰਘਾਸਨ ਮਿਲ ਹੈ ਸਾਰੰਗ ਬਾਣੀ ਰਾਮ ਕਬੀਰਾ ਏਕ ਪਏ ਹੈ ਕੋ ਨ ਸਕੇ ਪਛਾਨੀ। ਰੱਬ ਬਣ ਜਾਂਦਾ ਬੰਦਾ ਬੰਦਾ ਰੱਬ ਬਣ ਜਾਂਦਾ ਹੈ ਉਹ ਜੋ ਬੋਲਦਾ ਹੈ ਉਹ ਪੂਰਾ ਹੋ ਜਾਂਦਾ ਹੈ ਤੇ ਫਿਰ ਉਹਦੀ ਧੂਰੀ ਲੈਣ ਵਾਸਤੇ ਜਿਹੜਾ ਹੁਣ ਸ਼ਬਦ ਪੜ੍ਹਿਆ ਨਾ ਗੰਗਾ ਜਮੁਨਾ ਗੋਦਾਵਰੀ ਸਰਸਵਤੀ ਇੱਕ ਨਦੀਆਂ ਦੇ ਨਾਮ ਦਿੱਤੇ ਜਿੱਥੇ ਲੋਕ ਟੁੱਬੀ ਲਾ ਕੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਪਰ ਉਹ ਨਦੀਆਂ ਵੀ ਜਿਹੜੀਆਂ ਹੈ ਨਾ ਉਹ ਸਾਧੂ ਦੀ ਧੂਰੀ ਮੰਗਦੀਆਂ ਤੇ ਕਰੇ ਉਦਮ ਧੂਰ ਸਾਧੂ ਕੀਤਾ ਉਦਮ ਕਰਦੀਆਂ ਕਿ ਸਾਨੂੰ ਵੀ ਕਿਤੇ ਸਾਧੂ ਦੀ ਧੂਰੀ ਪ੍ਰਾਪਤ ਹੋ ਜਾਵੇ ਕਿਤੇ ਸਾਡੇ ਵਿੱਚ ਸਾਧੂ ਜਿਹੜਾ ਬੰਦਗੀ ਕਰ ਰਿਹਾ ਜਿਹੜਾ ਰੱਬ ਬਣਨ ਦੇ ਲਾਗੇ ਜਾਂ ਰੱਬ ਬਣਿਆ ਉਹਦੀ ਸਾਨੂੰ ਧੂਰੀ ਮਿਲੇ ਉਹ ਉਦਮ ਕਰਦੀਆਂ ਭਾਵੇਂ ਉਹਨਾਂ ਨੂੰ ਵਾਲਾ ਪਵੇ। ਨਦੀਆਂ ਵੀ ਜਿਨ੍ਹਾਂ ਦੇ ਵਿੱਚ ਲੋਕੀ ਆਪਣੀ ਮੈਲ ਲਾਉਂਦੇ ਆ ਉਹ ਸਾਧੂ ਦੀ ਧੂਰੀ ਦੇ ਨਾਲ ਆਪਣੀ ਮੈਲ ਲਾਉਂਦੀਆਂ। ਉਹ ਕਹਿੰਦੀਆਂ ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਅਸੀਂ ਤੇ ਭਰੀਆਂ ਪਈਆਂ 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 ਮੈਲ ਦੇ ਨਾਲ ਜਿਹੜੀ ਲੋਕੀ ਲਾ ਕੇ ਜਾਂਦੇ 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 ਹਮਰੀ ਮਹਿਲ ਸਾਧੂ ਕੀ ਧੂੜ ਗਵਾਈ ਸਾਧੂ ਦੀ ਧੂੜੀ ਸਾਡੀ ਮਹਿਲ ਨੂੰ ਗਵਾ ਦੇਗੀ ਖਤਮ ਕਰ ਦੇਗੀ ਅਸੀਂ ਵੀ ਪਵਿੱਤਰ ਹੋ ਜਾਵਾਂਗੇ। ਅਗਲੇ ਬੰਨੇ ਜਹਰ ਨਵੀ
ਤਪੈ ਭਾਗੀ ਰਾਥੇ ਆਣੀ ਭਾਗੀ ਰਾਥ ਤਪੈ ਨੇ ਜਹਰ ਨਵੀਂ ਨਦੀ ਗੰਗਾ ਨੂੰ ਕਿਹਾ ਉਹ ਲਿਆਂਦੀ ਕੇਦਾਰ ਥਾਪਿਓ ਮਹਿਸਾਈ ਮਹੇਸ਼ ਨੇ ਕੇਦਾਰ ਜਗ੍ਹਾ ਨੂੰ ਬਣਾਇਆ ਕਾਂਸੀ ਕ੍ਰਿਸ਼ਨ ਚਰਾਵਤ ਗਾਉਂ ਜਿੱਥੇ ਕਾਂਸੀ ਹੈ ਉੱਥੇ ਕ੍ਰਿਸ਼ਨ ਜਿਹੜਾ ਗਾਉਂ ਚ ਰਹਿੰਦਾ ਹੈ ਉਸ ਕਾਂਸੀ ਦੀ ਪਵਿੱਤਰਤਾ ਤਾਂ ਬਣੀ ਹੈ ਕਿਉਂਕਿ ਉਹਦੇ ਵਿੱਚ ਉਹ ਹਰੀ ਦਾ ਜਨ ਉਸ ਵੇਲੇ ਜਿਹਨੂੰ ਕ੍ਰਿਸ਼ਨ ਕਿਹਾ ਗਿਆ ਉਹ ਗਊਆਂ ਚ ਰਹਿੰਦਾ ਤਾਂ ਉਸ ਅਸਥਾਨ ਨੂੰ ਪਵਿੱਤਰਤਾ ਦਾ ਨਾਮ ਮਿਲਿਆ ਪਵਿੱਤਰ ਉਹ ਤਾਂ ਹੋਇਆ ਇਹ ਸਾਰੀਆਂ ਚੀਜ਼ਾਂ ਨਦੀਆਂ ਜਾਂ ਦੂਜੇ ਉਹ ਵੀ ਤੇ ਰੱਬ ਦਾ ਭਗਤ ਬਣਾ ਕੇ ਉਹਨਾਂ ਭੇਜਿਆ ਉਸ ਵੇਲੇ ਉਸ ਸਮੇਂ ਹੁਣ ਦੇ ਸਮੇਂ ਚ ਨਹੀਂ ਹੁਣ ਕਲਯੁਗ ਹੈ ਯੁੱਗ ਦਾ ਨਾਮ ਹੈ ਕਲ ਪਹਿਲੋ ਯੁੱਗ ਦਾ ਨਾਮ ਸੀ ਸੱਤ ਪਹਿਲੋ ਯੁੱਗ ਦਾ ਨਾਮ ਸੀ ਤ੍ਰੇਤਾ ਯੁੱਗ ਦਾ ਨਾਮ ਸੀ ਦੁਆਪਰ ਹਰ ਸਮੇਂ ਦੇ ਵਿੱਚ ਕਾਨੂੰਨ ਵੱਖਰੇ ਇਸ ਸਮੇਂ ਦੇ ਵਿੱਚ ਕਲਯੁੱਗ ਦੇ ਵਿੱਚ ਨਾਮ ਹੀ ਜਪਣਾ ਕਾਨੂੰਨ ਹੈ ਜਿਹਦੇ ਕੋਲ ਨਾਮ ਹੋਊਗਾ ਉਹ ਪਾਰ ਹੈ ਜਿਸ ਤਰ੍ਹਾਂ ਆਪਾਂ ਹਿੰਦੁਸਤਾਨ ਚ ਚੱਲਦੇ ਹਾਂ ਤੇ ਸਾਨੂੰ ਰੁਪਈਆਂ ਦੀ ਲੋੜ ਪੈਂਦੀ ਹੈ ਤੇ ਮੰਨ ਲਓ ਕੈਨੇਡਾ ਜਾਂਦੇ ਤੇ ਡਾਲਰਾਂ ਦੀ ਲੋੜ ਪੈਂਦੀ ਅਮਰੀਕਾ ਜਾਂਦੇ ਡਾਲਰਾਂ ਦੀ ਲੋੜ ਪੈਂਦੀ ਉੱਥੋਂ ਦਾ ਵੱਖਰਾ ਉੱਥੋਂ ਦਾ ਵੱਖਰਾ ਤੇ ਜੇ ਤੁਸੀਂ ਕਹੋ ਕਿ ਰੁਪਈਏ ਉੱਥੇ ਦੇ ਕੇ ਤੇ ਚੀਜ਼ ਖਰੀਦ ਲਈਏ ਕਿਸੇ ਕੋਲੋਂ ਨਹੀਂ ਨਹੀਂ ਕਨਵਰਟਰ ਕੋਲੋਂ ਤਾਂ ਚੇਂਜ ਕਰਾ ਲਓ ਕਿਉਂਕਿ ਉਹ ਸ਼ਕਤੀ ਰੱਖਦਾ ਕਿ ਉਹ ਦੂਜੇ ਦੇ ਕੇ ਦੂਜੇ ਲੈ ਲੇਗਾ ਪਰ ਤੁਸੀਂ ਆਮ ਨਹੀਂ ਵਿਚਰ ਸਕਦੇ ਉਹਦੇ ਵਾਸਤੇ ਤੁਹਾਨੂੰ ਉੱਥੋਂ ਦੀ ਮਾਇਆ ਚਾਹੀਦੀ ਪਰਮਾਤਮਾ ਦੇ ਘਰ ਪਹੁੰਚਣਾ ਹੈ ਤਾਂ ਨਾਮ ਚਾਹੀਦਾ ਤੇ ਜਿਹੜਾ ਨਾਮ ਜਪਦਾ ਹੈ ਉਹਦੇ ਵਾਸਤੇ ਧਰਤੀ ਵੀ ਉਦਮ ਕਰਦੀ ਹੈ ਅਗਲੇ ਬੰਨੇ ਮਹਾਰਾਜ ਨੇ ਲਿਖਿਆ ਜਿਤਨੇ ਤੀਰਥ ਦੇਵੀ ਥਾਪੇ ਤੁਸੀਂ ਪੜ੍ਹਿਆ ਸੁਣਿਆ ਬੋਲਿਆ ਜਿੰਨੇ ਤੀਰਥ ਦੇਵੀਆਂ ਨੇ ਸਾਰਿਆਂ ਨੇ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ ਉਹ ਸਾਰੇ ਲੋਚਦੇ ਕਿ ਸਾਨੂੰ ਤੀਰਥ ਵੀ ਲੋਚਦੇ ਸਾਡੇ ਸਾਧੂ ਚਰਨ ਪਾ ਲਵੇ ਉਹਦੀ ਧੂੜੀ ਮਿਲ ਜਾਵੇ ਸਭ ਤਿਤਨੇ ਲੋਚੇ ਧੂਰ ਸਾਧੂ ਕੀ ਤਾਈ ਹਰ ਕਾ ਜਨ ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਉਹ ਵੀ ਚਾਹੁੰਦੀਆਂ ਕਿ ਸਾਨੂੰ ਕੋਈ ਹਰੀ ਦਾ ਸੰਤ ਪਰਮਾਤਮਾ ਦਾ ਪਿਆਰਾ ਗੁਰੂ ਜਿਹੜਾ ਪੂਰਾ ਪਹੁੰਚਿਆ ਹੋਵੇ ਉਹ ਸਾਨੂੰ ਮਿਲੇ ਤੇ ਅਸੀਂ ਵੀ ਧੂੜੀ ਲਾਈਏ ਜਿਤਨੀ ਸ਼ਿਸ਼ਟ ਉਮਰੀ ਮੇਰੇ ਸਵਾਮੀ ਸਭ ਤਿਤਨੀ ਲੋਚੇ ਧੂਰ ਸਾਧੂ ਕੀ ਨਾ ਜਿੰਦਨੀ ਸ੍ਰਿਸ਼ਟੀ ਹੈ ਸ੍ਰਿਸ਼ਟੀ ਦੇ ਵਿੱਚ ਬਨਸਪਤੀ ਵੀ ਆ ਜਾਂਦੀ ਆ ਸਾਰੇ ਪਹਾੜ ਵੀ ਆ ਜਾਂਦੇ ਆ ਨਦੀਆਂ ਆ ਜਾਂਦੀਆਂ ਮਹਾਰਾਜ ਨੇ ਕੱਲ ਹੀ ਮੁਕਾ ਦਿੱਤੀ ਕਿ ਟੋਟਲ ਸ੍ਰਿਸ਼ਟੀ ਸਾਧੂ ਕੀ ਧੂੜੀ ਪ੍ਰਾਪਤ ਕਰਨਾ ਚਾਹੁੰਦੀ ਹੈ ਕਿਉਂਕਿ ਸਾਧੂ ਦੀ ਧੂੜੀ ਦੇ ਨਾਲ ਉਹਦਾ ਕਲਿਆਣ ਹੋ ਜਾਂਦਾ ਉਹਦਾ ਭਲਾ ਹੋ ਜਾਂਦਾ ਹੈ ਉਹਦੀ ਜੂਨ ਬਦਲ ਜਾਂਦੀ ਹੈ ਬਨਸਪਤੀ ਵੀ ਜੂਨ ਹੈ ਪੱਥਰ ਵੀ ਜੂਨ ਹੈ ਪਹਾੜ ਵੀ ਜੂਨ ਹੈ 84 ਲੱਖ ਜੂਨਾਂ ਦੇ ਵਿੱਚ ਆਉਂਦੇ ਇਹ ਸਾਰੇ ਦੇ ਸਾਰੇ ਉਹਨਾਂ ਦਾ ਕਲਿਆਣ ਹੋ ਜਾਂਦਾ ਉਹ ਪਾਰ ਹੋ ਜਾਂਦੇ ਸਾਧੂ ਦੀ ਧੂੜੀ ਸਾਧੂ ਧੁਰ ਤੋਂ ਬਣ ਜਾਂਦਾ ਹੈ ਧੁਰ ਦੇ ਨਾਲ ਜੁੜਿਆ ਹੁੰਦਾ ਹੈ ਤੇ ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ ਇਸ ਕਰਕੇ ਜਪ ਜਪ ਕੇ ਨਿਸਤਾਰਾ ਹੁੰਦਾ ਹੋਰ ਕੋਈ ਰਸਤਾ ਨਹੀਂ ਆਓ ਅਗਲੇ ਸ਼ਬਦ ਦੇ ਨਾਲ ਜੁੜੀਏ ਤੇ ਬਾਰ ਬਾਰ ਜਪਣਾ ਹੀ ਸਾਨੂੰ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਹੈ ਖਸਮ ਨੂੰ ਉਹੀ ਚੰਗਾ ਲੱਗਦਾ ਹੈ ਜਿਹੜਾ ਰੱਬ ਰੱਬ ਕਰਦਾ ਹੈ ਮਹਾਰਾਜ ਨੇ ਮਿਸਾਲ ਦਿੱਤੀ ਹੈ ਕਿ ਜਿਹੜਾ ਹਾਥੀ ਹੈ ਉਹ ਜੇ 100 ਮਣ ਘਿਓ ਗੁੜ ਖਾਂਦਾ ਹੈ ਤੇ ਡੱਕੈ ਫੂਕੈ ਏਦਾਂ ਕਹਿ ਲਓ ਕਿ ਡਕਾਰ ਮਾਰਦਾ ਹੈ ਹੋਰ ਤਰੀਕਿਆਂ ਨਾਲ ਹਵਾ ਗੰਦੀ ਮੰਦੀ ਕੱਢਦਾ ਤੇ ਕਹਿੰਦੇ ਇੰਨਾ ਰਾਛਣ ਖਾ ਕੇ 100 ਮਣ ਹਸਤੀ ਘਿਓ ਗੁੜ ਖਾਵੇ 500 ਦਾਣਾ ਖਾਵੇ 500 ਕਿਲੋ ਦਾਣਾ ਖਾ ਜਾਂਦਾ ਡੱਕੈ ਫੁੱਕੈ ਖੇ ਉਡਾਵੇ ਸਾਹੇ ਗਿਆ ਪਛਤਾਏ ਉਹ ਕਹਿੰਦੇ ਆਪਣੇ ਖਾ ਪੀ ਕੇ ਪਲਸੇਟੇ ਮਾਰ ਮੂਰ ਕੇ ਤੇ ਆਪਣੀ ਸਮੇਂ ਨੂੰ ਨਿਗਾਹ ਲੈਂਦਾ ਹੈ ਤੇ ਰੱਬ ਰੱਬ ਨਹੀਂ ਕਰਦਾ
ਕਹਿੰਦੇ ਪਰਮਾਤਮਾ ਦੇ ਨਾਮ ਤੋਂ ਅਣਜਾਣ ਅੰਧੀ ਫੂਕ ਮੋਈ ਦੀਵਾਨੀ ਖਸਮ ਮਿਟੀ ਫਿਰ ਭਾਰੀ। ਜਿਹੜਾ ਇਹ ਪਰਮਾਤਮਾ ਤੋਂ ਅਣਜਾਣ ਵਿਅਕਤੀ ਦੀ ਮਿਸਾਲ ਦਿੱਤੀ ਹੈ ਕਿ ਤੁਸੀਂ ਕਿੰਨਾ ਮਰਜ਼ੀ ਰਾਸ਼ਨ ਖਾ ਕੇ ਤੇ ਰੱਬ ਦਾ ਨਾਮ ਨਹੀਂ ਜਪਦੇ ਤੇ ਉਹਨੂੰ ਕੋਈ ਪਰਵਾਹ ਨਹੀਂ ਪਰਮਾਤਮਾ। ਇਸੇ ਤਰ੍ਹਾਂ ਹੀ ਗਿਆਨ ਤੋਂ ਹੀਣੀ ਅੰਧੀ ਫੂਕ ਮੋਈ ਆਪਣੇ ਆਪ ਨੂੰ ਸਮਾਂ ਨੂੰ ਕਮਾਂ ਨੂੰ ਕਮਾਂ ਗੁਜ਼ਾਰ ਲੈਂਦੀ ਹੈ ਦੁਨੀਆ ਦੁਨੀਆ। ਪਰ ਜਿਹੜਾ ਕਹਿੰਦੇ ਗੁਜ਼ਾਰਾ ਤਾਂ ਹੋਣਾ ਖਸਮ ਮਿਟੀ ਫਿਰ ਭਾਰੀ। ਜੇ ਪਰਮਾਤਮਾ ਨੂੰ ਭਾਇਆ ਜਾਣਾ ਹੈ, ਜੇ ਪਰਮਾਤਮਾ ਨੂੰ ਚੰਗਾ ਲੱਗਣਾ ਹੈ ਤੇ ਉਹਦੇ ਵਿੱਚ ਇੱਕ ਮਿੱਕ ਹੋਣਾ ਪੈਣਾ ਪੈਣਾ ਪੈਣਾ। ਖਸਮ ਮਿੱਟੀ ਮਿੱਟੀ ਨਹੀਂ ਮਿੱਟੀ ਖਾਕ ਮਿੱਟੀ ਮੇਨ ਖਸਮ ਦੇ ਵਿੱਚ ਇੱਕ ਮਿੱਕ ਹੋ ਜਾਂਦੀ ਪਰਮਾਤਮਾ ਦੇ ਵਿੱਚ। ਖਸਮ ਮਿੱਟੀ ਫਿਰ ਭਾਨੀ ਪਰਮਾਤਮਾ ਨੂੰ ਤਾਂ ਹੀ ਚੰਗੀ ਲੱਗੇਗੀ ਜੇ ਉਹਦੇ ਵਿੱਚ ਸਮਾ ਜਾਏ। ਅੱਧ ਗੁਲਾ ਚਿੜੀ ਕਾ ਚੁਗਣ ਗਹਿਣ ਚੜੀ ਬਿਲਾਈ। ਉਹ ਕਹਿੰਦੇ ਚਿੜੀ ਥੋੜਾ ਜਿਹਾ ਦਾਣਾ ਖਾ ਕੇ ਉੱਚੀ ਉਡਾਰੀ ਤੇ ਉੱਥੇ ਰੱਬ ਰੱਬ ਕਰਦੀ ਬਿੱਲ ਲਾਉਣਾ ਪਰਮਾਤਮਾ ਦਾ ਨਾਮ ਲੈਂਦੇ ਖਸਮੇ ਭਾਵੇ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ ਖੁਦਾਏ। ਜੋ ਰੱਬ ਰੱਬ ਥੋੜਾ ਜਿਹਾ ਖਾ ਕੇ ਵੀ ਰੱਬ ਰੱਬ ਕਰਦੀ ਉਹਦਾ ਸ਼ੁਕਰਾਨਾ ਕਰਦੀ ਹੈ ਤੇ ਰੱਬ ਨੂੰ ਚੰਗੀ ਲੱਗਦੀ। ਸਖਤਾ ਸੀ ਮਾਰੇ ਸਹਿ ਮਰਿਆ ਸਭ ਪਿੱਛੇ ਪੈ ਖਾਏ ਹੋਏ ਸਤਾਣਾ ਘੁਰੇ ਨਾ ਮਾਵੇ ਸਾਹਿਬ ਪਛਤਾਏ। ਸ਼ੇਰ ਦੀ ਮਿਸਾਲ ਦਿੱਤੀ ਹੈ ਕਿ 100 ਮਿਰਗਾਂ ਨੂੰ ਮਾਰ ਦਿੰਦਾ ਹੈ ਮੰਨ ਲਓ ਕਿੱਡਾ ਵੱਡਾ ਟੱਬਰ ਪਾਲਦਾ ਹੈ। ਸਖਤਾ ਸੀ ਮਾਰੇ ਸਹਿ ਮਰਿਆ ਸਭ ਪਿੱਛੇ ਪੈ ਖਾਏ ਹੋਏ ਸਤਾਣਾ ਘੁਰੇ ਨਾ ਮਾਵੇ। ਆਪਣੀ ਉਹਦਾ ਪ੍ਰਭਾਵ ਇੰਨਾ ਹੈ ਉਹਦੀ ਤਾਕਤ ਇੰਨੀ ਹੈ ਉਹ ਕਿਸੇ ਦੇ ਦੱਬਿਆਂ ਦੱਬਿਆ ਨਹੀਂ ਜਾਂਦਾ ਪਰਵਾਹ ਨਹੀਂ ਕਰਦਾ ਘੁਰੇ ਨਾ ਮਾਵੇ ਤੇ ਜਦੋਂ ਉਹਦੀ ਸਭ ਮੁੱਕ ਜਾਂਦਾ ਹੈ ਤੇ ਬਾਅਦ ਸੋਚਦਾ ਹੈ ਕਿ ਮੈਂ ਖੱਟਿਆ ਤੇ ਕੁਛ ਨਹੀਂ ਸਾਹੇ ਗਿਆ ਪਛਤਾਇ। ਅੰਧਾ ਕਿਸ ਨੂੰ ਬੁੱਕ ਸੁਣਾਵੇ ਖਸਮੇ ਮੂਲ ਨਾ ਪਾਵੇ ਉਹ ਆਕੜ ਕਾਹਦੀ ਕਰਦਾ ਹੈ ਜੇ ਰੱਬ ਰੱਬ ਨਹੀਂ ਕੀਤਾ ਤੇ ਆਕੜ ਕਾਹਦੀ ਹੈ। ਰੱਬ ਨੂੰ ਤੇ ਭਾਉਂਦਾ ਹੀ ਨਹੀਂ ਉਹਦੀ ਤਾਕਤ ਭਾਵੇਂ ਉਹਨੇ 100 ਮਿਰਗਾਂ ਨੂੰ ਮਾਰਿਆ ਹੈ ਸਾਰੇ ਪਰਿਵਾਰ ਨੂੰ ਪਾਲਿਆ ਹੈ ਪਰ ਰੱਬ ਰੱਬ ਨਹੀਂ ਕੀਤਾ ਕਿਸੇ ਕੰਮ ਨਹੀਂ। ਸਖਤਾ ਸੀ ਮਾਰੇ ਸਹਿ ਮਰਿਆ ਸਭ ਪਿੱਛੇ ਪੈ ਖਾਏ ਹੋਏ ਸਤਾਣਾ ਘੁਰੇ ਨਾ ਮਾਵੇ। ਉਹਦੀ ਤਾਕਤ ਇੰਨੀ ਹੈ ਉਹਦਾ ਪ੍ਰਭਾਵ ਇੰਨਾ ਹੈ ਸਾਰਿਆਂ ਦੇ ਵਿੱਚ ਇਹ ਦੁਨੀਆਂ ਦੇ ਵਿੱਚ ਰਹਿਣ ਵਾਲੇ ਬੰਦਿਆਂ ਨੂੰ ਮਿਸਾਲ ਦਿੱਤੀ ਹੈ ਕਿ ਮੰਨ ਲਓ ਤੁਹਾਡੀ ਸਰਕਾਰੇ ਦਰਬਾਰੇ ਕਿਤੇ ਵੀ ਬਹੁਤ ਇੱਜ਼ਤ ਹੈ ਬਹੁਤ ਤਾਕਤ ਹੈ ਕਿਸੇ ਦੇ ਦੱਬਿਆਂ ਨਹੀਂ ਕਿਸੇ ਨੂੰ ਦੱਬੇ ਜਾਂਦੇ ਬਹੁਤ ਤਾਕਤ ਰੱਖਦੇ ਤੁਹਾਡੇ ਕਰਨ ਨਾਲ ਚੰਗਾ ਹੋ ਜਾਂਦਾ ਤੁਹਾਡੇ ਕਰਨ ਨਾਲ ਮਾੜਾ ਹੋ ਜਾਂਦਾ। ਪਰ ਜੇ ਤੁਸੀਂ ਰੱਬ ਰੱਬ ਨਹੀਂ ਕੀਤਾ ਕਿਸੇ ਲਿਖੇ ਕਿਉਂਕਿ ਉੱਥੇ ਉਹੀਓ ਖਰਚ ਚੱਲਦਾ ਉਹੀਓ ਬੰਨੀ ਪੱਲੇ ਬੰਨਣਾ ਖਰਚ ਰੱਬ ਰੱਬ ਪਰਮਾਤਮਾ। ਉਹ ਕਹਿੰਦੇ ਸਾਏ ਗਏ ਪਛਤਾਏ ਅੰਧਾ ਕਿਸ ਨੂੰ ਬੁੱਕ ਸੁਣਾਵੇ। ਉਹ ਕਿਹਨੂੰ 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 ਦੱਸ ਰਿਹਾ ਹੈ ਆਪਣੇ ਆਪ ਦੀ ਪਾਵਰ 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 ਕਿਉਂਕਿ ਰੱਬ ਤੇ ਬਹੁਤ ਵਿਸ਼ਾਲ ਹੈ ਬਹੁਤ ਵਿਸ਼ਾਲ ਹੈ। ਖਸਮੇ ਮੂਲ ਨਾ ਪਾਵੇ ਉਹਦੇ ਵਾਸਤੇ ਤੇ ਕੀੜੀ ਹੈ ਖਸਰੇ ਖਸਮੇ ਨਦਰੀ ਕੀੜਾ ਆਵੇ ਉਹਦੇ ਸਾਹਮਣੇ ਛੋਟਾ ਜਿਹਾ। ਮਹਾਰਾਜ ਕਹਿੰਦੇ ਰੱਬ ਰੱਬ ਨਹੀਂ ਕੀਤਾ ਨਹੀਂ ਭਲਾ ਹੋਣਾ। ਇਹ ਗਰੰਟਡ ਗੱਲ ਹੈ ਕਿ ਰੱਬ ਰੱਬ ਕਰਾਂਗੇ ਤੇ ਭਲਾ ਹੋਏਗਾ। ਸਾਧ ਸੰਗਤ ਦੇ ਵਿੱਚ ਬਹਿ ਕੇ ਰੱਬ ਰੱਬ ਕਰਨ ਨਾਲ ਬਹੁਤ ਛੇਤੀ ਭਲਾ ਹੁੰਦਾ ਹੈ। ਮੈਂ ਪਹਿਲਾਂ ਵੀ ਬੇਨਤੀ ਆਪ ਜੀ ਨੂੰ ਕੀਤੀ ਸੀ ਨਾਨਕ ਦੁਨੀਆ ਚਾਰ ਦਿਹਾੜੇ ਸੁੱਖ ਕੀਤੇ ਦੁੱਖ ਹੋਈ ਗੱਲਾਂ ਵਾਲੇ ਹੈਣ ਕਨੇਰੇ ਛੱਡ ਨਾ ਸਕੇ ਕੋਈ। ਮਾਇਆ ਦਾ ਇਸ ਵਕਤ ਐਡਾ ਤਕੜਾ ਜਾਲ ਹੈ ਉਹ ਨਿਕਲਣ ਨਹੀਂ ਦਿੰਦੀ ਤੇ ਬੰਦਾ ਉਹਨੂੰ ਛੱਡ ਨਹੀਂ ਸਕਦਾ। ਭਾਵੇਂ ਅਸੀਂ ਸਾਰੇ ਗੱਲਾਂ ਕਰਦੇ ਹਾਂ ਕਿਤੇ ਨਾ ਕਿਤੇ ਮਾਇਆ ਆਪਣਾ ਪ੍ਰਭਾਵ ਪਾ ਲੈਂਦੀ। ਦੁਨੀਆਂ ਦੇ ਵਿੱਚ ਜਿਹੜਾ ਸਮਾਂ ਸਾਨੂੰ ਮਿਲਿਆ ਚਾਰ ਦਿਹਾੜੇ ਮਹਾਰਾਜ ਨੇ ਕਈ ਥਾਵਾਂ ਤੇ ਵੱਖ ਵੱਖ ਮਸਾਲਾਂ ਨਾਲ ਦਿੱਤਾ। ਮੇਰੇ ਤੋਂ ਬਾਅਦ ਭਾਈ ਸਾਹਿਬ ਜੀ ਬਹਿਣਾ ਹੈ ਉਹ ਵੀ ਆਪ ਜੀ ਨਾਲ ਗੁਰੂਖੀਆਂ ਵਿਚਾਰਾਂ ਕਰਨਗੇ ਉਹਨਾਂ ਨੇ ਵੀ ਦੱਸਣੀਆਂ ਉਹਨਾਂ ਵੀ ਦੱਸ ਸਕਦੇ ਹੋ ਚਾਰ ਦਿਹਾੜੇ ਜਿਹੜੀ ਦੁਨੀਆਂ ਦੇ ਵੱਖਰੇ ਵੱਖਰੇ ਦਿੱਤੇ। ਖੈਰ ਸੁੱਖ ਕੀਤੇ ਦੁੱਖ ਹੋਈ ਅਸੀਂ ਆਪਣੇ ਸੁੱਖ ਵਾਸਤੇ ਕਰਦੇ ਪਰ ਫਿਰ ਜੰਜਾਲ ਚ ਫਸ ਜਾਂਦੇ ਉਹਦੇ। ਮੰਨ ਲਓ ਇੱਕ ਮੈਂ ਕਹਿੰਦਾ ਕਿਸੇ ਨੇ ਏਸੀ ਲਵਾ ਲਿਆ ਸੁੱਖ ਵਾਸਤੇ ਲਵਾਇਆ ਹੁਣ ਏਸੀ ਦੇ ਨਾਲ ਸੁੱਖ ਦੇ ਨਾਲ ਨਾਲ ਹੋਰ ਵੀ ਕਈ ਕੁਛ ਹੈ ਠੰਡ ਲੱਗਣ ਲੱਗ ਪਈ ਹੈ ਉਹਦੇ ਬੰਦਾ ਕਹਿੰਦਾ ਕੁਛ ਲੈ ਲਓ ਸਰੀਰ ਜਿਹੜਾ ਆ ਉਹ ਪੂਰੀ ਐਨਰਜੀ ਪ੍ਰੋਡਿਊਸ ਨਹੀਂ ਕਰ ਸਕਦਾ ਉਹਦੇ ਅੰਦਰ ਛੋਟੀ ਛੋਟੀ ਠੰਡ ਰਹੀ।
ਏਸੀ ਨੂੰ ਰਿਪੇਅਰ ਕਰਾਉਣਾ ਪੈਂਦਾ, ਮਾਇਆ ਦੇ ਚੱਕਰ ਚ ਫਸ ਗਿਆ ਨਾ ਕੰਮ ਕਾਰ ਉਹਦੇ ਦੁਆਲੇ ਹੋ ਗਿਆ, ਮਤਲਬ ਉਹ ਆਪਣੇ ਆਪ ਨੂੰ ਲਵੇਟ ਲੈਂਦੀ ਹੈ ਮਾਇਆ ਜਿਹੜੀ ਹੈ ਆਪਣੇ ਆਪ ਚ ਉਲਝਾ ਲੈਂਦੀ ਹੈ ਆਪਣੇ ਵੱਲ ਨੂੰ ਤੋਰ ਲੈਂਦੀ ਹੈ। ਰੱਬ ਵੱਲੋਂ ਧਿਆਨ ਗਿਆ ਕੀਤਾ ਤੇ ਸੁੱਖ ਸੀ ਤੇ ਪਰ ਸੁੱਖ ਜਿਹੜਾ ਹੈ ਪਰਮਾਤਮਾ ਦੇ ਨਾਮ ਨਾਲ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁੱਖ ਨਾ ਹੈ ਨਾ ਸਰ ਪਰ ਹਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਹਾਰ ਗਿਆ ਵੇਖ ਕੇ ਰੱਬ ਰੱਬ ਇਹ ਮੈਂ ਨਹੀਂ ਕਹਿ ਰਿਹਾ ਮਹਾਰਾਜ ਕਹਿੰਦੇ ਮੈਂ ਸੋਧਿਆ ਫਿਰ ਉਹਨੂੰ ਸੋਧਿਆ ਫਿਰ ਉਹਨੂੰ ਸੋਧਿਆ ਸੋਧਤ ਸੋਧਤ ਸੋਧ ਤੇ ਤਤ ਇਹ ਕੱਢਿਆ ਹੈ ਤਤ ਵਿਚਾਰਿਆ ਨਾਮ ਬਿਨਾ ਸੁੱਖ ਨਾ ਸੁੱਖ ਨਾ ਹੀ ਰੇ ਹਰ ਨਾਮ ਬਿਨਾ ਮੁਕਦੀ ਗਾਲੀ 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 ਪਰਮਾਤਮਾ ਦੇ ਨਾਮ ਤੋਂ ਬਿਨਾ 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 ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਪਰਮਾਤਮਾ ਖੁਸ਼ ਨਹੀਂ ਹੁੰਦਾ, ਪਰਮਾਤਮਾ ਅਗਰ ਉਹਦਾ ਨਾਮ ਜਪਾਂਗੇ ਤਾਂ ਖੁਸ਼ ਹੋ ਜਾਂਦਾ ਫਿਰ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਦਾ। ਸ਼ਬਦ ਦੀ ਖੀਰਲੀ ਪੰਕਤੀ ਮੱਖੀ ਮਿੱਠੇ ਮਰਨਾ ਇਹ ਸੰਸਾਰ ਜਿਹੜੀ ਆ ਮਹਾਰਾਜ ਨੇ ਦੱਸਿਆ ਕੂੜ ਮਿੱਠਾ ਕੂੜ ਦੇ ਵਿੱਚ ਰਾਜਾ ਦੱਸਿਆ ਪਰਜਾ ਦੱਸੀ ਮਾਇਆ ਦੱਸੀ ਧਨ ਦੱਸੀ ਸਭ ਕੁਛ ਦੱਸਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਅਖੀਰ ਦੇ ਉੱਤੇ ਲਿਖਿਆ ਕੂੜ ਮਿੱਠਾ ਕਿੰਨਾ ਮਿੱਠਾ ਕੂੜ ਮਾਖਿਓ ਮਾਖਿਓ ਕਹਿੰਦੇ ਸ਼ਹਿਦ ਸ਼ਹਿਦ ਜਿੰਨਾ ਮਿੱਠਾ ਮੱਖੀ ਮਿੱਠੇ ਮਰਨਾ ਜਿਹੜੀ 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 ਇਨਸਾਨ ਹੈ ਜਾਂ ਮੱਖੀ ਹੈ ਉਹ ਮਿੱਠੇ ਚ ਮਰਦੀ ਹੈ ਤੇ ਜਿਹੜਾ ਕੂੜ ਹੈ ਇਹ ਮਿੱਠਾ ਹੈ ਇਨਸਾਨ ਇਹਦੇ ਵਿੱਚ ਵੜਿਆ ਰਹਿੰਦਾ ਤੇ ਆਪਣਾ ਜੀਵਨ ਪਹਿਲੀਆਂ ਮਿਸਾਲਾਂ ਦੇ ਹਿਸਾਬ ਨਾਲ ਤੁਸੀਂ ਦੇਖੋ ਤੇ ਉਹ ਗਵਾ ਲੈਂਦਾ ਰੱਬ ਰੱਬ ਕਰਨ ਦਾ ਚੇਤਾ ਭੁੱਲ ਜਾਂਦਾ ਮਿੱਠੇ ਚ ਹੀ ਲੱਗਦਾ ਮੱਖੀ ਮਿੱਠੇ ਮਰਨਾ। ਫਿਰ ਅੱਗੇ ਇੱਕ ਗੱਲ ਕਹਿ ਦਿੱਤੀ ਜਿਹਦੀ ਸਾਨੂੰ ਆਸ ਹੈ ਜਿਨ ਤੂੰ ਰੱਖੇ ਤਿੰਨ ਨੇੜ ਨਾ ਆਵੇ ਕੀ ਨੇੜੇ ਨਹੀਂ ਆਉਂਦਾ ਮਾਇਆ ਮਾਇਆ ਉਹਦੇ ਤੇ ਪ੍ਰਭਾਵ ਨਹੀਂ ਪਾਉਂਦੀ ਕਿਉਂਕਿ ਜਿਹੜਾ ਰੱਬ ਰੱਬ ਕਰਦਾ ਹੈ ਨਾ ਉਹ ਮਾਇਆ ਦੇ ਵਿੱਚੋਂ ਵੀ ਲੰਘੀ ਜਾਂਦਾ ਹੈ ਤੇ ਰੱਬ ਰੱਬ ਵੀ ਕਰੀ ਜਾਂਦਾ ਉਹਦੇ ਰੱਬ ਰੱਬ ਦਾ ਫਲ ਵੀ ਮਿਲੀ ਜਾਂਦਾ ਉਹਨੂੰ ਰਸਤਾ ਵੀ ਮਿਲੀ ਜਾਂਦਾ ਉਹ ਤੁਰਿਆ ਫਿਰਦਾ ਕੰਮ ਕਾਰ ਕਰਦਾ ਹੈ ਹੱਥ ਪੈਰ ਸੇ ਕੰਮ ਕਾਰ ਚੀਤ ਨਿਰੰਜਨ ਨਾਲ ਰੱਬ ਰੱਬ ਕਰੀ ਜਾਓ ਗੱਡੀ ਚਲਾਉਂਦੇ ਕਰੋ ਰੋਟੀਆਂ ਪਕਾਉਂਦੇ ਕਰੋ ਝਾੜੂ ਫੇਰਦੇ ਕਰੋ ਤੁਰਦੇ ਬਹਿੰਦੇ ਉੱਠਦੇ ਬਹਿੰਦੇ ਸੌਂਦੇ ਖਾਂਦੇ ਸਾਰੇ ਕਰੋ ਰੱਬ ਰੱਬ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਹਰੀ ਹਰੀ ਕਰੋ ਅੱਲਾ ਅੱਲਾ ਕਰੋ ਰਾਮ ਰਾਮ ਕਰੋ ਕੁਛ ਤੇ ਕਰੋ ਫਿਰ ਰਸਤਾ ਵੀ ਮਿਲੇਗਾ ਜਿਨ ਤੂੰ ਰੱਖੇ ਤਿੰਨ ਨੇੜ ਨਾ ਆਵੇ ਤੇ ਮਹਾਰਾਜ ਕਹਿੰਦੇ ਤਿੰਨ ਭਾਉ ਸਾਗਰ ਤਰਣਾ ਜਿਹੜੀ ਸਭ ਤੋਂ ਪਹਿਲੀ ਗੱਲ ਆਪਾਂ ਕੀਤੀ ਸੀ ਭਵ ਸਾਗਰ ਦੀ ਭਾਉ ਸਾਗਰ ਮੀਨ ਭਵ ਸਾਗਰ ਉਹ ਤਰ ਜਾਏਗਾ ਜਿਹੜਾ ਅਸੀਂ ਕਹਿੰਦੇ ਸੀ ਨਹੀਂ ਬੰਦਾ ਆਮ ਤਰ ਸਕਦਾ ਉਹ ਅਗਰ ਰੱਬ ਰੱਬ ਕਰੇਗਾ ਤੇ ਉਹ ਤਰ ਜਾਏਗਾ ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ ਜਿਨ ਤੂੰ ਰੱਖੇ ਤਿੰਨ ਨੇੜ ਨਾ ਆਵੇ ਤਿੰਨ ਭਾਉ ਸਾਗਰ ਤਰਨਾ ਪਰਮਾਤਮਾ ਜਿਹਦੇ ਤੇ ਹੱਥ ਰੱਖ ਦਿੰਦਾ ਹੈ ਆਪ ਕਿਰਪਾ ਕਰਕੇ ਉਹ ਉਹਦੇ ਨੇੜੇ ਇਹ ਮਾਇਆ ਰੂਪ ਨਹੀਂ ਆਉਂਦੀ ਇਹ ਮਾਇਆ ਨਹੀਂ ਨੇੜੇ ਆਉਂਦੀ ਉਹਨੂੰ ਰਸਤਾ ਮਿਲ ਜਾਂਦਾ ਹੈ ਪਰਮਾਤਮਾ ਦੇ ਘਰ ਦਾ ਮਾਇਆ ਦੇ ਵਿੱਚੋਂ ਵੀ ਮਿਲ ਜਾਂਦਾ ਹੈ। ਮੁੱਕਦੀ ਗੱਲ ਰੱਬ ਰੱਬ ਕਰਨਾ ਬੜਾ ਜ਼ਰੂਰੀ ਹੈ ਭਾਵੇਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ ਨਹਾਉਂਦਿਆਂ ਜਿੱਥੇ ਵੀ ਤੁਹਾਡਾ ਦਿਲ ਕਰਦਾ ਸੌਂਦਿਆਂ ਹੁਣ ਤੁਸੀਂ ਕਹੋਗੇ ਸੌਂਦਿਆਂ ਕਿੱਦਾਂ ਕਰੇ ਗੁਰੂ ਸਾਹਿਬ ਨੇ ਸਮਝਾਇਆ ਕਿ ਸ਼ਾਮ ਨੂੰ ਪਹਿਲਾਂ ਬੀਜੋ ਤੇ ਸਵੇਰੇ ਉਗੂਗਾ ਗੁਰੂ ਕੀ ਬਾਣੀ ਦੇ ਵਿੱਚ ਸ਼ਾਮ ਨੂੰ ਪਹਿਲੇ ਜਿਹੜਾ ਆਹ ਸਮਾਂ ਤੁਸੀਂ ਕੀਤਾ ਹੈ ਹੁਣ ਤੁਸੀਂ ਅਗਰ ਰੱਬ ਰੱਬ ਕਰਕੇ ਸੁਣ ਕੇ ਜਾ ਰਹੇ ਹੋ ਤੇ ਤੁਹਾਨੂੰ ਉਹੀ ਖਿਆਲ ਸਾਰੀ ਰਾਤ ਸਵੇਰੇ ਉਹਨਾਂ ਖਿਆਲਾਂ ਦੇ ਨਾਲ ਬੰਦਾ ਜਾਗਦਾ ਸੌਣ ਲੱਗੇ ਵਾਹਿਗੁਰੂ ਵਾਹਿਗੁਰੂ ਕਰੋ ਫਿਰ ਬਚਨ ਨਾ ਕਿਸੇ ਨਾ ਕਰੋ ਤੇ ਤੁਹਾਡਾ ਜਦੋਂ ਰੈਗੂਲਰ ਤੁਸੀਂ ਵਾਹਿਗੁਰੂ ਸੌਣ ਲੱਗੇ ਕਰੋਗੇ ਨਾ ਤੇ ਉਹਦੇ ਵਿੱਚ ਸੌਵੋਗੇ ਤੇ ਉਹ ਚਾਰ ਗੁਣਾ ਸਪੀਡ ਵੱਧ ਜਾਂਦੀ ਵਾਹਿਗੁਰੂ ਵਾਹਿਗੁਰੂ ਸੁੱਤਿਆਂ ਵੀ ਚੱਲਦਾ।
ਉਹ ਤੁਹਾਡਾ ਸਮਾਂ ਸਫਲ ਹੋ ਜਾਂਦਾ, ਉਹ ਵਾਹਿਗੁਰੂ ਵਾਹਿਗੁਰੂ ਚੱਲੀ ਜਾਂਦਾ, ਉਹ ਫਿਰ ਸੁਰਤੀ ਪਕੜ ਕਰ ਜਾਂਦੀ ਸ਼ਬਦ ਨੂੰ ਤੇ ਫਿਰ ਉਹਦੇ ਚ ਸੌ ਜਾਂਦੀ ਹੈ ਤੇ ਸੁਰਤੀ ਤੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੀ, ਸਰੀਰ ਸੌ ਜਾਂਦਾ ਹੈ, ਉਹਦਾ ਸਫ਼ਰ ਤੈਅ ਹੋ ਜਾਂਦਾ। ਇਸ ਕਰਕੇ ਸੌਣ ਲੱਗਿਆ ਵੀ ਵਾਹਿਗੁਰੂ 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 ਕਰਕੇ ਸੌਂਦੇ ਰਹੋ ਕਰੋ, ਫਿਰ ਬਚਨ ਨਹੀਂ ਕਰਨਾ ਕਿਸੇ ਨੇ ਤੇ ਬਾਅਦ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਤੁਰਿਆ ਜਾਏ, ਉਹ ਤੁਹਾਡਾ ਸਵੇਰੇ ਉੱਠਦੇ ਵੀ ਤੁਹਾਡੇ ਮੂੰਹੋਂ ਆਪੇ ਵਾਹਿਗੁਰੂ ਵਾਹਿਗੁਰੂ ਕਰਦੇ ਉੱਠੋਗੇ। ਜਿਹਨੂੰ ਤੂੰ ਰੱਖੇ ਤੈਨੂੰ ਨੇੜ ਨਾ ਆਵੇ, ਤੈਨੂੰ ਭਉ ਸਾਗਰ ਤਰਨ। ਮੈਂ ਪਹਿਲਾਂ ਵੀ ਵਿਚਾਰ ਕੀਤੀ ਸੀ ਆਪ ਜੀ ਨਾਲ, ਜਿਨ੍ਹਾਂ ਦਾ ਭਾਂਡਾ ਸਾਫ਼ ਹੁੰਦਾ ਹੈ ਮਹਾਰਾਜ ਨੇ ਉਹਨਾਂ ਵਾਸਤੇ ਲਿਖਿਆ ਇਹ ਸ਼ਬਦ, ਜਿਨ੍ਹਾਂ ਦਾ ਬਰਤਨ ਸਾਫ਼ ਹੋ ਜਾਂਦਾ। ਭਾਂਡਾ ਮੀਨ ਸਰੀਰ, ਪਰਮਾਤਮਾ ਨੇ ਜਿਹੜੇ ਭਾਂਡੇ ਬਣਾਏ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਜਾਂ ਮਾਟੀ ਕੇ ਹਮ ਪੂਤਰੇ ਮਾਟੀ ਦੇ ਭਾਂਡੇ, ਕੱਚੇ ਭਾਂਡੇ ਸਾਜ ਨਵਾਜੇ ਅੰਤਰ ਜੋ ਸਮਾਈ, ਉਹ ਭਾਂਡਾ ਜਿਹੜਾ ਸਾਡਾ ਸਰੀਰ, ਜਿਨ੍ਹਾਂ ਦਾ ਸਾਫ਼ ਹੁੰਦਾ ਹੈ ਇਹ ਸ਼ਬਦ ਉਹਨਾਂ ਵਾਸਤੇ ਲਿਖਿਆ। ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਯੋਗ ਕੀਤਾ ਹੋਈ, ਪਰਮਾਤਮਾ ਤੁਸੀਂ ਮੈਨੂੰ ਯੋਗ ਬਣਾ ਦਿੱਤਾ ਹੈ। ਕਿਹਦੇ ਯੁੱਗ ਬਣਾਇਆ? ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਤੁਸੀਂ ਆਪੇ ਤਰਸ ਪਏ ਹੋਈ, ਆਪੇ ਤਰਸ ਕਰਕੇ ਮੈਨੂੰ ਨਿਰਗੁਣ ਕਰ ਦਿੱਤਾ ਹੈ। ਤੇ ਹੁਣ ਸੋਚੇਗਾ ਬੰਦਾ ਕਿ ਗੁਣਾਂ ਤੋਂ ਰਹਿਤ ਕਰ ਦਿੱਤਾ, ਇਹਦੇ ਵਿੱਚ ਤਰਸ ਵਾਲੀ ਗੱਲ ਕਿਹੜੀ ਕੀਤੀ? ਜੇ ਗੁਣ ਖਤਮ ਹੋ ਗਏ ਆ ਤੇ ਤਰਸ ਕੀ ਹੋਇਆ? ਇਹ ਉਹ ਗੁਣ ਹੈ ਜਿਹਨੂੰ ਤੁਸੀਂ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਕਹਿੰਦੇ ਹੋ। ਤ੍ਰੈ ਗੁਣ ਮਾਇਆ ਜਿਹੜੀ ਆ ਨਾ, ਹੁਣ ਉਹ ਸਾਫ਼ ਹੋ ਗਈ ਹੈ, ਹੁਣ ਮੈਨੂੰ ਮਾਇਆ ਦਾ ਅਸਰ ਨਹੀਂ ਹੁੰਦਾ। ਇਹ ਉਹਦੇ ਤੋਂ ਮੈਨੂੰ ਨਿਰਗੁਣ ਕਰ ਦਿੱਤਾ, ਨਿਰਗੁਣ ਗੁਣ ਉਹ ਗੁਣਾਂ ਤੋਂ ਰਹਿਤ ਕਰ ਦਿੱਤਾ ਹੈ। ਜਦੋਂ ਮਾਇਆ ਪਾਸੇ ਹੋ ਗਈ ਤੇ ਭਾਂਡਾ ਸਾਫ਼ ਹੋ ਗਿਆ। ਜਿਹੜੀ ਤ੍ਰੈ ਗੁਣ ਮਾਇਆ ਭਰਮ ਭਲਾਇਆ ਸੀ ਨਾ, ਉਹ ਮਹਾਰਾਜ ਨੇ ਕਿਰਪਾ ਕਰਕੇ ਮੇਰੇ ਅੰਦਰੋਂ ਉਹ ਗੁਣ ਕੱਢ ਦਿੱਤੇ, ਹੁਣ ਬਿਲਕੁਲ ਸਾਫ਼। ਤੇ ਭਾਂਡਾ ਜਦੋਂ ਸਾਫ਼ ਹੋਵੇ ਫਿਰ ਤੇ ਪਰਮਾਤਮਾ ਦੇ ਨਾਮ ਦੀ ਮੰਗ ਕੀਤੀ ਜਾ ਸਕਦੀ ਹੈ। ਤਰਸ ਪਿਆ ਮਿਹਰਾ ਮਤ ਹੋਈ, ਅਮਿਟ ਮਿਹਰ ਹੋਈ, ਮਿਹਰ ਅਮਿਟ ਹੋਈ, ਮਿਹਰਾ ਮਿਹਰ ਅਮਿਟ ਅਮਿਟ ਮਿਹਰ, ਜਿਹੜੀ ਜਿਸ ਤਰ੍ਹਾਂ ਤੂੰ ਕਹਿੰਦੇ ਅਤੁੱਟ ਲੰਗਰ ਵਰਤ ਰਿਹਾ ਹੈ, ਜਿਹਦੇ ਵਿੱਚ ਕੋਈ ਪੌਜ਼ ਨਾ ਹੋਵੇ, ਥਾਂ ਖਾਲੀ ਨਾ ਹੋਵੇ, ਰੈਗੂਲਰ ਹੋਵੇ, ਉਹ ਮਿਹਰ ਹੋਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਹੁਣ ਮੈਨੂੰ ਰੱਬ ਮੇਰੇ ਸੱਜਣ ਬਣ ਕੇ ਮਿਲ ਗਿਆ। ਕਿਉਂਕਿ ਸੱਜਣ ਹੁੰਦਾ ਹੈ ਜਿਹੜਾ ਆਖੇ ਲੱਗ ਜੇ ਭਲਾ ਕਰੇ, ਰੱਬ ਨੂੰ ਆਖੇ ਲੱਗਦਾ ਹੈ, ਗੱਲ ਸੁਣਦਾ ਹੈ, ਭਲਾ ਕਰਦਾ 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 ਕਰਦਾ। ਹੁਣ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ, ਹੁਣ ਕਿਰਪਾ ਕਰੋ ਬਰਤਨ ਤੇ ਸਾਫ਼ ਹੋ ਗਿਆ, ਹੁਣ ਨਾਮ ਦੀ ਦਾਤ ਵੀ ਦੇ ਦਿਓ ਤਾਂ ਕਿ ਮੇਰਾ ਤਨ ਤੇ ਮਨ ਜਿਹੜਾ ਉਹ ਖਿੜਾ ਦੇ ਵਿੱਚ ਆ ਜਾਵੇ, ਹਰਿਆ ਹੋਇਆ। ਇਹ ਸ਼ਬਦ ਇਹ ਤਰਸ ਪਿਆ ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਯੋਗ ਕੀਤਾ ਹੋਈ, ਮੇਰਾ ਬਰਤਨ ਤੁਸੀਂ ਸਾਫ਼ ਕਰਕੇ ਯੋਗ ਬਣਾ ਦਿੱਤਾ। ਤਰਸ ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ ਆਪੇ ਤਰਸ ਪਏ ਹੋਈ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਆਓ ਇਹ ਸ਼ਬਦ ਉਪਰੰਤ ਸਮਾਪਤੀ, ਇੱਕ ਮਿੰਟ ਦੇ ਵਿੱਚ ਸਮਾਪਤ। ਵਾਹਿਗੁਰੂ ਜੀ ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ, ਮੈਨੂੰ ਯੋਗ ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ, ਮੈਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।